गरीब परिवार नाल संबंधित है ते इकला ही रहिंदा है। इसकी सांभ संभाल कराने वाला कोई नहीं है, कोई कामकाज भी नहीं कर सकता। मेरी बेनती है कि इसका ढुकमा इलाज किया जाए। बापू होगा गलत होगा बंदा, ताही अज इस हालात च पिया, ताही 7 दिन हो गए एक्सीडेंट हुए नू, ताही लोगों ने लवार सम के उत्थे छड़ता सी मरन लई। पर गल बापू जी है वी तुसी तां घट्टो घट सानू सच दस दे, हुण जिहड़ी दुनिया ने सारी ने तुहानू की कुछ कहना हुण लोकां ने दस दिंदा मैं तुहानू। ਪੱਚੀ ਸਾਲਾਂ ਤੋਂ ਮੈਨੂੰ ਪਿੰਡ ਦੇ ਹਰ ਘਰ ਚ ਇਹਨੇ ਦਿਹਾੜੀ ਧੱਪਾ ਕੀਤਾ ਹੋਊਗਾ, ਰੋਟੀ ਪਾਣੀ ਖਾਂਦਾ ਰਿਹਾ, ਇਹਨਾਂ ਦੇ ਬਹੁਤ ਖਾਂਦਾ ਰਿਹਾ ਰੋਟੀ ਪਾਣੀ। ਅਸੀਂ ਤਾਂ ਜੀ ਹੁਣ ਗੋਲਾਈ ਮੁੜ ਮੁੜਦੇ ਉੱਪਰਲੇ ਪਾਸੇ ਪੰਪ। ਅੱਛਾ ਪਹਿਲਾਂ ਹੀ ਜਨਤਾ ਕਲੋਨੀ ਚ ਉੱਥੇ ਹੀ ਰਹਿੰਦੇ ਸੀ ਨਾ। ਅੱਛਾ ਜਿੱਥੇ ਉਹ ਪਲਾਟ ਆਏ ਉਹਦੇ ਵਿੱਚ ਰੋੜੀ ਕੁੱਟਦੇ ਵੱਡੇ ਵੱਡੇ ਪਲਾਟ ਜੇ ਆ, ਉੱਥੇ ਰਹਿੰਦਾ ਸੀ। ਸੌਂਦਾ ਕਿੱਥੇ ਸੀ ਬਾਪੂ? ਦਰਵਾਜ਼ੇ ਸੌਂਦਾ ਸੀ, ਉੱਥੇ ਮੰਜਾ ਮੁੰਜਾ ਰੱਖਿਆ ਹੋਇਆ ਜਵਾਨ ਹੋਊ ਜਦੋਂ ਆਇਆ ਹੋ। ਮੈਂ ਕਹਿੰਦਾ ਜੀ ਇੱਕ ਬੰਦਾ ਕੋਈ ਨਾ ਕੋਈ ਬਿਠਾ ਕੇ ਲੈ ਜਾਂਦਾ ਜੀ, ਕੰਮ ਕਰਾ ਦਿੰਦਾ ਸੀਗਾ, ਨਾ ਪੈਸੇ ਮੰਗਦਾ ਸੀ, ਰੋਟੀ ਪਾਣੀ ਖਾ ਕੇ ਮੁੜ ਆਉਂਦਾ ਸੀ ਅਗਲੇ ਦੇ। ਬਾਪੂ ਜੀ ਨੂੰ ਵੀਰੇ ਹੁਣ ਜਿਵੇਂ ਤੁਸੀਂ ਸੁਣੀਆਂ ਗੱਲ, ਗਿੱਲਾਂ ਪਿੰਡ ਤੋਂ ਲੈ ਕੇ ਆਏ ਨੇ। 25 ਤੋਂ 30 ਸਾਲ ਹੋ ਗਏ ਬਾਪੂ ਜੀ ਨੂੰ ਗਿੱਲਾਂ ਪਿੰਡ ਰਹਿੰਦਿਆਂ। ਬਾਪੂ ਜੀ ਦਾ ਨਾਂ ਕਾਲਾ ਸਿੰਘ ਆ ਤੇ ਬਾਪੂ ਜੀ ਦੀ ਸਾਰੀ ਜ਼ਿੰਦਗੀ ਪੂਰਾ ਜਵਾਨ ਸੀ ਜਦੋਂ ਬਾਪੂ ਗਿੱਲਾਂ ਪਿੰਡ 'ਚ ਆਇਆ ਸੀਗਾ, ਤੇ ਹੁਣ ਪੂਰਾ ਬੁੜਾ ਹੋ ਗਿਆ ਬਾਪੂ। ਸਾਰੀ ਉਮਰ ਕੋਈ ਨਾ ਜੀ ਕੋਈ ਨਾ, ਸਾਰੀ ਉਮਰ ਬਾਪੂ ਨੇ ਗਿੱਲਾਂ ਪਿੰਡ ਦੇ ਵਿੱਚ ਕੱਢੀ, ਰੋੜੀ ਕੁੱਟ ਕੇ ਹੁਣ ਗੁਜ਼ਾਰਾ ਕਰਦਾ ਸੀ। ਪਹਿਲਾਂ ਦਿਹਾੜੀ ਕਰਦਾ ਸੀ, ਵਧੀਆ ਸਰੀਰ ਚੱਲਦਾ ਸੀ। ਬਾਈ ਹੁਣੀ ਦੱਸਦੇ ਆ ਵੀ ਹਰੇਕ ਹੀ ਲੈ ਜਾਂਦਾ ਸੀ ਬਿਠਾ ਕੇ, ਸਾਰਾ ਦਿਨ ਕੰਮ ਕਰਾਈ ਜਾਂਦਾ, ਰੋਟੀ ਰਾਟੀ ਖਵਾ ਕੇ ਬਸ ਕੰਮ ਕਰਾ ਲੈਂਦੇ ਸੀ। ਨਹੀਂ ਬਾਈ ਜਿਵੇਂ ਦਰਵਾਜ਼ੇ ਤੇ ਵੀ ਬੰਦੇ ਬਹਿੰਦੇ ਹੋਣੇ ਕਾਫੀ, ਮਤਲਬ ਕਿੰਨੇ ਬੰਦੇ ਬਹਿੰਦਾ ਤਾਂ ਦਰਵਾਜ਼ੇ ਤੇ ਹੀ ਆ ਨਾ, ਹਾਰਾ ਨਾਲ ਤਾਂ ਮਾਰਦੇ ਹੀ ਆ ਨਾ ਲੋਕ। ਕਿੰਨੇ ਦਿਨ ਹੋ ਗਏ ਐਕਸੀਡੈਂਟ ਹੋਏ ਨੂੰ? 6 ਦਿਨਾਂ ਚ ਕਿਤੇ ਵੀ ਦਾਖਲ ਨਹੀਂ ਕਰਾਇਆ ਬਾਈ। ਅੱਜ ਕਾਲਾ ਸਿੰਘ ਦਾ ਐਕਸੀਡੈਂਟ ਹੋਏ ਨੂੰ 6 ਦਿਨ ਹੋ ਗਿਆ। ਪਿੰਡ ਦੇ ਵਿੱਚ ਹੀ ਦਰਵਾਜ਼ੇ 'ਚ ਹੀ ਸੌਂਦਾ ਜਿੱਥੇ ਲੋਕ ਬਹਿੰਦੇ ਆ ਕੇ 20-25-50 ਬੰਦੇ ਰੋਜ਼, ਤੇ ਉਹ ਤੋਂ ਥੋੜ੍ਹੀ ਦੂਰ ਇਹ ਮੋਟਰਸਾਈਕਲ ਵਾਲਾ ਫੇਟ ਮਾਰ ਗਿਆ। ਜਿਹੜਾ ਬੰਦਾ ਫੇਟ ਮਾਰ ਕੇ ਗਿਆ ਉਹ ਵੀ ਦੱਸਦੇ ਮਹਾਤੜਾ ਗਰੀਬ ਆ, ਪਰ ਉਹਦੇ ਮਗਰ ਕੋਈ ਸੀਗਾ ਪਰਿਵਾਰ, ਉਹ ਗਰੀਬ ਸੀ ਪਰ ਉਹਦਾ ਕੋਈ ਭੈਣ ਭਰਾ ਸੀਗਾ, ਉਹਨੂੰ ਦਾਖਲ ਕਰਾ ਦਿੱਤਾ ਚੱਕ ਕੇ ਲੋਕਾਂ ਨੇ, ਸੱਟਾਂ ਉਹਦੇ ਵੀ ਲੱਗੀਆਂ। ਇਹਦਾ ਕੋਈ ਹੈ ਨਹੀਂ ਸੀ ਕਾਲੇ ਦਾ। 104 ਹੋ ਗਿਆ, ਦੇਖੋ 104 ਬੁਖਾਰ ਆ ਜੀ ਬਾਈ। ਪਿੰਡ ਦੇ ਸਰਪੰਚ ਤੋਂ ਲਿਖਾ ਕੇ ਲਿਆਏ? ਮੱਖਣ ਸਿੰਘ ਬਾਸੀ ਜਨਤਾ ਕਲੋਨੀ ਪਿੰਡ ਗਿੱਲਾਂ ਲੀਲਾ ਲੁਧਿਆਣਾ ਦਾ ਰਹਿਣ ਵਾਲਾ ਹੈ। ਕਰੀਬ ਹਫ਼ਤਾ ਕੁ ਪਹਿਲਾਂ ਅਣਜਾਣ ਵਾਹਨ ਨੇ ਟੱਕਰ ਮਾਰ ਕੇ ਜ਼ਖਮੀ ਹੋ ਗਿਆ। ਇਹ ਵਿਅਕਤੀ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਤੇ ਇਕੱਲਾ ਹੀ ਰਹਿੰਦਾ ਹੈ। ਇਸਦੀ ਸਾਂਭ ਸੰਭਾਲ ਕਰਨ ਵਾਲਾ ਕੋਈ ਨਹੀਂ ਹੈ, ਬਿਰਧ ਅਵਸਥਾ ਕਰਕੇ ਇਸਦਾ ਕੋਈ ਕੰਮਕਾਜ ਵੀ ਨਹੀਂ ਕਰ ਸਕਦਾ। ਮੇਰੀ ਬੇਨਤੀ ਹੈ ਕਿ ਇਸਦਾ ਢੁਕਵਾਂ ਇਲਾਜ ਕੀਤਾ ਜਾਵੇ। ਸਰਪੰਚ ਸਾਹਿਬ ਦਾ ਕੀ ਨਾਂ ਜੀ? ਹਰਪ੍ਰੀਤ ਸਿੰਘ। ਤੇ ਪਹਿਲਾਂ ਚਲੋ ਹਰਪ੍ਰੀਤ ਸਿੰਘ ਬਾਈ ਦਾ ਧੰਨਵਾਦ ਕਰਦੇ ਸਰਪੰਚ, ਨਹੀਂ ਤਾਂ ਲਿਖ ਕੇ ਨਹੀਂ ਦਿੰਦੇ ਸਰਪੰਚ ਵੀ ਕਹਿੰਦੇ ਵੀ ਆਪਾਂ ਕਾਹਨੂੰ ਕਦੇ ਆਪਣੇ ਤੇ ਨਾ ਉਲਟ ਪੈ ਜਾਵੇ। ਬਾਈ ਦਾ ਬਹੁਤ ਸ਼ੁਕਰੀਆ, ਇਹਨਾਂ ਬਾਈਆਂ ਦਾ ਸ਼ੁਕਰੀਆ ਜਿਹੜੇ ਲੈ ਕੇ ਆਏ ਨੇ। ਪਰ ਦੁੱਖ ਬਹੁਤ ਇਸ ਗੱਲ ਦਾ ਵੀ ਅੱਜ ਸਾਡੇ ਪੰਜਾਬ ਦੇ ਵਿੱਚ ਆਹ ਹਾਲਾਤ ਬਣ ਗਿਆ ਵੀ ਐਡੇ ਵੱਡੇ ਪਿੰਡ ਗਿੱਲ ਵਰਗਾ ਪਿੰਡ, ਸ਼ਹਿਰ ਦੇ ਵਿੱਚ ਰਹਿੰਦਾ ਪਿੰਡ ਪੂਰਾ, ਅਰਬਾਂ ਦੀਆਂ ਕਰੋੜਾਂ ਦੀਆਂ ਪ੍ਰਾਪਰਟੀਆਂ ਵਾਲੇ ਲੋਕ ਉੱਥੇ ਰਹਿੰਦੇ ਆ। ਅੱਜ ਇਹ ਤਰਾਸਦੀ ਆ, ਇਕੱਲੇ ਗਿੱਲਾਂ ਪਿੰਡ ਦੀ ਜਾਂ ਇਕੱਲੇ ਕਾਲਾ ਸਿੰਘ ਦੀ ਗੱਲ ਨਹੀਂ ਕਰ ਰਹੇ ਆਪਾਂ, ਕਾਲਾ ਸਿੰਘ ਵਰਗੇ ਬਹੁਤ ਬੰਦੇ ਨੇ। ਹਰਦੀਪ ਸਿੰਘ ਬਾਪੂ ਤੁਹਾਡਾ ਜੰਗ ਸਿੰਘ ਜੀ, ਦੂਜਾ ਬਾਈ ਕਿੱਥੇ? ਇੱਕ ਹੋਰ ਬਿਕਰਮ ਸਿੰਘ ਜੀ, ਤੁਸੀਂ ਤਿੰਨੋਂ ਉੱਥੋਂ ਹੀ ਗਿੱਲਾਂ ਪਿੰਡ ਤੋਂ ਹੀ?
ਇਹਨਾਂ ਦਾ ਕੀਤਾ ਹੋਇਆ ਉਪਰਾਲਾ ਤਾਂ ਹੀ ਨਿਪਰੇ ਚੜੂਗਾ ਜੇ ਆਪਾਂ ਸਾਰੇ ਰਲ ਕੇ ਯਤਨ ਕਰੀਏ। ਕਾਲਾ ਸਿੰਘ ਨੂੰ ਤੇ ਚਲੋ ਆਪਣੇ ਤਾਂ ਪ੍ਰਸ਼ਾਦ ਚਲੋ ਛਕਦਾ ਸੀ ਆਪਣੇ ਰਹਿੰਦਾ ਸੀਗਾ ਕਿਹੜਾ ਨਾਲ ਉਹਦਾ ਸਕਾ ਭਰਾ ਸੀ ਬਾਹਰ ਬੈਠਾ ਮੈਨੂੰ ਤਾਂ ਹੁਣ ਮੈਂ ਕਦੋਂ ਪਿੰਡ ਗੱਲ ਕੀਤੀ ਆ ਕਿ ਮੈਨੂੰ ਮਾੜਾ ਮੋਟਾ ਪਤਾ ਤਾਂ ਲੱਗੇ ਕਿਉਂ ਰਹਿੰਦਾ ਸੀ ਆਪਣੇ ਪਿੰਡ ਚ ਹੀ ਆ ਜਾਣੀ ਜੀ ਫਿਰਦਾ ਰਹਿੰਦਾ ਸੀਗਾ ਕਦੇ ਪਤਾ ਹੀ ਨੀ ਸੀ ਕਿ ਉਹਦਾ ਸਕਾ ਭਰਾ ਜੀ ਧੰਨਵਾਦ ਆ ਬਾਈ ਉਹਨਾਂ ਦਾ ਇਹ ਵੀ ਚੁੱਪ ਕਰਕੇ ਚਲੇ ਜਾਂਦੇ ਪਿੰਡ ਨੂੰ ਫਿਰ ਸਾਨੂੰ ਬਾਅਦ ਚ ਪਤਾ ਲੱਗਣੀ ਸੀ ਗੱਲ ਕਿਸੇ ਨਾ ਕਿਸੇ ਦਾ ਫੋਨ ਆ ਜਾਣਾ ਸੀ ਪਿੰਡੋਂ ਵੀਡੀਓ ਦੇਖ ਕੇ ਵੀ ਬਾਈ ਇਹ ਤਾਂ ਬੰਦੇ ਸਾਰੇ ਝੂਠ ਬੋਲ ਕੇ ਗਏ ਤੁਹਾਡੇ ਕੋਲੇ ਵੀ ਇਹ ਤਾਂ ਉਹਦਾ ਭਰਾ ਸੀ ਸਕਾ ਜਿਹੜਾ ਬਾਪੂ ਜੀ ਕਹਿ ਰਿਹਾ ਸੀ ਮੈਂ ਉਹਦੀ ਲੈਟਰਿਨ ਸਾਫ਼ ਕੀਤੀ ਹੈ ਮੈਂ ਰੋਟੀ ਖਵਾਈ ਹੈ 3-5 ਦਿਨ ਹੋ ਗਏ ਉਹਦਾ ਸਕਾ ਭਰਾ ਵਾ ਸਨ ਆਫ ਮੱਖਣ ਸਿੰਘ ਕਾਲਾ ਸਿੰਘ ਸਨ ਆਫ ਮੱਖਣ ਸਿੰਘ ਉਹਦਾ ਬਾਈ ਦਾ ਕੀ ਨਾਮ ਜੰਗ ਸਿੰਘ ਸਨ ਆਫ ਮੱਖਣ ਸਿੰਘ ਦੇਖੋ ਕਿਆ ਬਾਤ ਹੈ ਬਾਈ ਅੱਜ ਇੰਨਾ ਖੂਨ ਪਾਣੀ ਹੋ ਗਿਆ ਬਾਈ ਇੰਨਾ ਖੂਨ ਚਿੱਟਾ ਹੋ ਗਿਆ ਬਾਈ ਇੱਕ ਭਰਾ ਨੂੰ ਸੜਕ ਤੋਂ ਚੱਕ ਕੇ ਲਿਆ ਕੇ ਘਰੇ ਪਾ ਲੈਂਦਾ ਮਰਿਆ ਹੋਇਆ ਲੋਕ ਸਮਝ ਕੇ ਉਹਨੂੰ ਛੱਡ ਜਾਂਦੇ ਆ ਤੇ ਉਹ ਲਿਜਾ ਕੇ ਘਰੇ ਪਾ ਲੈਂਦਾ ਤੇ ਘਰੇ ਪਾ ਕੇ ਕੋਈ ਇਲਾਜ ਨਹੀਂ ਕਰਾਉਂਦਾ ਉਹਨੂੰ ਹਸਪਤਾਲ ਨਹੀਂ ਲਿਆਂਦਾ ਉਹਦਾ ਪੱਟ ਟੁੱਟਿਆ ਹੋਇਆ ਉਹਦਾ ਕੋਈ ਟ੍ਰੀਟਮੈਂਟ ਨਹੀਂ ਕਰਾਉਂਦਾ ਅੱਜ ਜਦੋਂ ਜਮ੍ਹਾਂ ਹੀ ਮਰਨ ਵਾਲਾ ਹੋ ਗਿਆ ਤਾਂ ਪਿੰਡ ਦੇ ਸਰਪੰਚ ਕੋਲ ਜਾਂਦਾ ਇਹਨਾਂ ਵੀਰਾਂ ਨੂੰ ਨਾਲ ਲੈ ਕੇ ਵੀ ਆਪਣੇ ਪਿੰਡ ਦਾ ਯਾਰ ਲਵਾਰਸ ਪਿਆ ਜਿਹੜਾ ਕਾਲਾ ਸਿੰਘ ਵੀ ਆਪਾਂ ਉਹਦੀ ਮਦਦ ਕਰੀਏ ਵੀ ਚਲੋ ਇਹ ਵੀਰ ਹੁਣੀ ਉੱਠ ਕੇ ਨਾਲ ਤੁਰ ਪਏ ਇੱਥੇ ਲੈ ਆਏ ਤੇ ਇੱਥੇ ਅਸੀਂ ਲਿਆ ਕੇ ਸੰਗਤ ਨੂੰ ਵੀਡੀਓ ਪਾ ਤੀ ਵੀ ਇੱਦਾਂ ਦਾ ਕਰਕੇ ਕਾਲਾ ਸਿੰਘ ਨੂੰ ਲੈ ਕੇ ਆਏ ਬਾਈਆਂ ਦਾ ਧੰਨਵਾਦ ਬਹੁਤ ਬਹੁਤ ਤੇ ਹੁਣ ਬਾਈ ਹੁਣੀ ਉਹਨੇ ਦੱਸਿਆ ਵੀ ਉਹਦਾ ਸਕਾ ਭਰਾ ਵਾ ਉਹ ਬਾਪੂ ਯਾਰ ਤੂੰ ਤਾਂ ਆਪਦਾ ਸੱਚ ਦੱਸ ਆ ਕੇ ਘੱਟੋ ਘੱਟ ਮੈਂ ਕਹਿੰਦਾ ਯਾਰ ਬਾਪੂ ਗਲਤ ਬੰਦਾ ਹੋਊਗਾ ਪਰ ਬਾਪੂ ਇਹ ਬੰਦੇ ਨੇ ਕੋਈ ਰਾਹ ਚਰਾ ਨਹੀਂ ਦਿੱਤਾ ਮੈਨੂੰ ਕੋਈ ਨਹੀਂ ਨਾ ਦਵਾਈ ਦਿੱਤੀ ਆ ਨਾ ਮੈਂ ਮੈਨੂੰ ਦਿੰਦਾ ਸੀ ਨਾ ਮੇਰੇ ਕੋਲ ਆਉਂਦਾ ਸੀ ਬਾਹਰ ਹੀ ਰਹਿੰਦਾ ਸੀ ਕਿਸੇ ਨੂੰ ਮਰਜ਼ੀ ਪੁੱਛ ਲਓ ਗੱਲ ਪਿੰਡ ਦੇ ਮੈਂ ਕਹਿੰਦਾ ਬਾਪੂ ਹੋਊਗਾ ਨੇ ਗਲਤ ਹੋਊਗਾ ਬੰਦਾ ਤਾਂ ਹੀ ਅੱਜ ਇਸ ਹਾਲਾਤ 'ਚ ਪਿਆ ਤਾਂ ਹੀ 7 ਦਿਨ ਹੋ ਗਏ ਐਕਸੀਡੈਂਟ ਹੋਏ ਨੂੰ ਤਾਂ ਹੀ ਲੋਕਾਂ ਨੇ ਲਵਾਰ ਸਾਂਭ ਕੇ ਉੱਥੇ ਛੱਡਤਾ ਸੀ ਮਰਨ ਲਈ ਪਰ ਗੱਲ ਬਾਪੂ ਜੀ ਇਹ ਆ ਵੀ ਤੁਸੀਂ ਤਾਂ ਘੱਟੋ ਘੱਟ ਸਾਨੂੰ ਸੱਚ ਦੱਸਦੇ ਹੁਣ ਜਿਹੜੀ ਦੁਨੀਆ ਨੇ ਸਾਰੀ ਨੇ ਤੁਹਾਨੂੰ ਕੀ ਕੁਛ ਕਹਿਣਾ ਹੁਣ ਲੋਕਾਂ ਨੇ ਦੱਸ ਦਿੰਦਾ ਮੈਂ ਤੁਹਾਨੂੰ ਮੇਰੀ 9 ਫਰੀਦਕੋਟ ਦਾਖਲ ਕੀਤੀ ਹੈ ਕੈਂਸਰ ਦੀ ਬਿਮਾਰੀ ਹੋਈ ਆ ਡਾਕਟਰਾਂ ਨੇ ਕਰਤੀ ਉਹਨੂੰ ਪੇਟ ਤੋਂ ਪ੍ਰੋਬਲਮ ਹੋਈ ਸੀਗੀ ਤੇਜ਼ਾਬ ਬਣਦਾ ਸੀਗਾ ਜੀ ਇਸ ਟਾਈਮ ਮੇਰੇ ਘਰ ਦੇ ਵੀ 50,000 ਰੁਪਇਆ ਗਹਿਣੇ ਚੱਕਿਆ ਹੋਇਆ ਰੱਖ ਕੇ ਤੇ ਹੁਣ ਫਰੀਦਕੋਟ ਦਾਖਲ ਕੀਤੀ ਹੋਈ ਆ ਜੀ ਉਹ 5 ਲੱਖ ਵਾਲਾ ਕਾਰਡ ਬਣਾਇਆ ਜਦ ਮਰਜ਼ੀ ਵੀਡੀਓ ਮੰਗਵਾ ਦਿੰਦਾ ਹੋਸਪਿਟਲ 'ਚ ਸਾਨੂੰ ਬਾਪੂ ਕੁਛ ਨਹੀਂ ਸੀ ਚਾਹੀਦਾ ਗੱਲ ਤਾਂ ਇਹ ਸੀਗੀ ਜਾਂ ਤਾਂ ਤੂੰ ਨਾਲ ਹੀ ਨਾ ਆਉਂਦਾ ਇਹਨਾਂ ਨੂੰ ਭੇਜ ਦਿੰਦਾ ਬਾਈਆਂ ਨੂੰ ਜੇ ਤੂੰ ਆਇਆ ਸੀ ਸਾਨੂੰ ਉਹ ਦਿਨ ਦੱਸ ਦਿੰਦਾ ਵੀ ਭਾਈ ਮੇਰਾ ਇਹ ਭਰਾ ਪਰ ਇਹ ਸਾਰੀ ਉਮਰ ਪਿੰਡ ਨਹੀਂ ਪੜਿਆ ਮੈਨੂੰ ਹੁਣ ਲੱਗਿਆ ਵੀ ਮੈਂ ਚੱਕ ਕੇ ਤੁਹਾਡੇ ਕੋਲ ਲੈ ਕੇ ਅਸੀਂ ਬਾਪੂ ਕੀ ਕਹਿਣਾ ਸੀ ਸਮੱਸਿਆ ਬਾਜੀ ਹੋਰ ਮੈਨੂੰ ਬਾਪੂ ਹੁਣ ਦੁਨੀਆ ਤਾਂ ਦੇਖੋ ਕੀ ਕਹੀਏ ਬਾਪੂ ਤੁਹਾਨੂੰ ਯਾਰ ਸਿਆਣੇ ਉਮਰ ਤੁਹਾਡੀ ਆ ਸਾਡੇ ਪਿਓਾਂ ਵਰਗੀਆਂ ਬਾਪੂ ਯਾਰ ਵੀ ਚਲੋ ਮੈਂ ਤਾਂ ਖਾਣਾ ਮਾਫੀ ਵਾਲਾ ਭਾਰ ਵਾ ਉਹ ਤਾਂ ਬੈਠਾ ਉੱਪਰ ਵਾਲਾ ਬਹੁਤ ਕੁਛ ਮੈਂ ਤਾਂ ਹਜ਼ਾਰ ਕੇ ਦੇਖ ਲਿਆ ਇਹਨੂੰ ਬਹੁਤ ਬਹੁਤ ਕੁਛ ਸਮਝਾ ਕੇ ਵੀ ਦੇਖ ਲਿਆ ਕਲਕੱਤੇ 22 ਸਾਲ ਬਾਅਦ ਇਹ ਘਰੇ ਬੜਿਆ ਇਹਦੇ ਆਪਦੇ ਜਿਹੜੇ ਬੱਚੇ ਆ ਉਹ ਨੀ ਬਾਲਦੇ ਇਹਨੂੰ ਇਹਦਾ ਕੋਈ ਬੱਚਾ ਨੀ ਘਰ ਵਾਲੀ ਵਿਆਹ ਹੋਇਆ ਇਹ ਗੱਲਾਂ ਤੋਂ ਸੁਣ ਕੇ ਇਹਨੇ ਘਰ ਦਾ ਗਲਤ ਨਹੀਂ ਪਾਤੀ ਵਿਆਹ ਵਿਆਹ ਕੋਈ ਨਹੀਂ ਇਹ ਤਾਂ ਆਪਦਾ ਜਵਾਨੀ ਜੀ ਨਿਕਲ ਗਿਆ ਸੀ ਆਪਦਾ ਹੁਣ ਇਹ ਜਾ ਕੇ ਸੀ ਨਾ ਰਹਿੰਦਾ ਹੋ ਆ ਕੇ ਇੱਥੇ ਬੱਚਿਆਂ ਵਾਲੀ ਨਾਲ ਆ ਮੁੰਡੇ ਹਣੀ ਹਣੀ ਦੱਸਦੇ ਨੇ ਤਾਂ ਕੋਈ ਬੱਚਿਆਂ ਬੱਚੇ ਵਾਲੀ ਨਾਲ ਨਹੀਂ ਰਹਿੰਦਾ ਮੇਰੇ 2 ਬੱਚੇ ਨੇ ਜੀ ਇੱਕ ਮੁੰਡਾ ਮੇਰਾ ਕੰਨ ਲੱਗ ਕੇ ਮਰ ਗਿਆ ਸੀਗਾ ਸ਼ਾਰਟ ਪੈ ਗਈ ਸੀ ਇੱਕ ਮੁੰਡਾ ਮੇਰਾ ਨਸ਼ਾ ਕੰਨ ਲੱਗ ਗਿਆ ਸੀ ਉਹ ਸੈਂਟਰ 'ਚ ਦਾਖਲ ਕੀਤਾ ਹੁਣ ਥੋੜ੍ਹਾ ਚਿਰ ਹੋਇਆ ਲਿਆਉਂਦਾ ਵਾ ਸਾਨੇ ਵਾਲ ਸੀ ਭਰਾ
तकड़ा केड़ा आ लेके आ भरा सानू भी पता लोड़बंदी हो पर जे तुसीं सानू सच दस दिंदा आ के बापू घटो घट आ गल तां ना हुंदी जिहड़ी हुण लखां लोकां ने वीडियो च बोलना की कहणगे सानू तैनूं वी तूं आपदा भरा छड्डिआ लवारस कह के उत्थे इही गल आपां वीडियो च बोलदे वी यार भरा मजबूर आ इहदे आपदे जोगा ही आ पर इह आपदे भरा दी फिर वी बांह फड़ के इत्थे लै के आया ਅਸੀਂ ਤੁਹਾਡੇ ਬਾਰੇ ਬੋਲੀ ਜਾਂਦੇ ਹਾਂ ਵੀ ਕੋਈ ਭਰਾ ਨਹੀਂ ਕੋਈ ਭੈਣ ਨਹੀਂ ਸਾਥ ਨਹੀਂ ਦਿੰਦਾ ਤੁਸੀਂ ਵਿੱਚ ਖੜੇ ਹੋ ਲੋਕ ਕੀ ਕਹਿਣਗੇ ਤੁਹਾਨੂੰ ਹੁਣ ਦੱਸੋ ਹੁਣ ਇੱਕ ਸਾਡੀ ਬੇਨਤੀ ਆ ਠੀਕ ਹੈ ਜੋ ਹੋ ਗਿਆ ਤੁਹਾਨੂੰ ਉਹਦੇ ਕੋਲ ਰਹਿਣਾ ਪੈਣਾ ਇਲਾਜ ਅਸੀਂ ਕਰਾਵਾਂਗੇ ਖਰਚਾ ਤੁਹਾਡਾ ਕੋਈ ਨਹੀਂ ਆਉਣਾ ਉਹ ਅਸੀਂ ਕਰਾਵਾਂਗੇ ਕੋਲ ਰਹਿਣਾ ਪੈਣਾ ਥੋੜ੍ਹਾ ਤਕੜਾ ਹੋ ਜੂ ਮਾੜਾ ਸੈੱਟ ਹੋ ਜੂਗਾ ਫਿਰ ਕੋਈ ਗੱਲ ਨਹੀਂ ਕਿਉਂਕਿ ਰਹਿਣਾ ਇੱਥੇ ਲੰਬਾ ਟਾਈਮ ਦੋ ਚਾਰ ਪੰਜ ਦਿਨ ਦਸ ਦਿਨ ਥੋੜ੍ਹਾ ਸੈੱਟ ਜਿਹਾ ਹੋ ਜਾਵੇ ਹੋਸ਼ ਜੀ 'ਚ ਆ ਜਾਵੇ ਫਿਰ ਕੋਈ ਨਾ ਤੁਸੀਂ ਚਲੇ ਜਾਇਓ ਉਨਾ ਟਾਈਮ ਤੁਹਾਨੂੰ ਸਾਡਾ ਸਾਥ ਦੇਣਾ ਪੈਣਾ ਮੈਂ ਤੁਹਾਡੇ ਨਾਲ ਅਸੀਂ ਕੋਈ ਨਾ ਤੁਹਾਨੂੰ ਰਾਸ਼ਨ ਪਾਣੀ ਦੇ ਦਾਂਗੇ ਬੋਰਾ ਰਾਸ਼ਨ ਦਾ ਭੇਜ ਦਿੰਦੇ ਹਾਂ ਨਹੀਂ ਜਦੋਂ ਚਲੋ ਘਰੇ ਕੋਈ ਰਾਸ਼ਨ ਦਿੱਕਤ ਆ ਪਰ ਤੁਹਾਨੂੰ ਅਸੀਂ ਐਂ ਨਹੀਂ ਕਹਿੰਦੇ ਛੇ ਮਹੀਨੇ ਰਹਿਣਾ ਪਰ ਪੰਜ ਸੱਤ ਦਿਨਾਂ 'ਚ ਆਪਾਂ ਨੂੰ ਕਲੀਅਰ ਹੋ ਜਾਣੀ ਗੱਲ ਜੇ ਤਾਂ ਮਾੜੇ ਨੇ ਬਖਸ਼ਤੀ ਜ਼ਿੰਦਗੀ ਫਿਰ ਤਾਂ ਦੋ ਤਿੰਨ ਦਿਨਾਂ 'ਚ ਮੋੜੇ ਪੈ ਜਾਣੇ ਆ ਠੀਕ ਹੈ ਕੱਲ੍ਹ ਤੱਕ ਹੀ ਫਰਕ ਪੈ ਜਾਣਾ ਜੇ ਨਹੀਂ ਬਖਸ਼ੀ ਤਾਂ ਮਿੱਟੀ ਹੋਇਆ ਸਰੀਰ ਆਪਾਂ ਰਲ ਕੇ ਕਿਉਂ ਉੱਡਦਾਂਗੇ ਠੀਕ ਹੈ ਜੀ ਇਹੀ ਆ ਬਾਕੀ ਤੂੰ ਸਾਡਾ ਸਾਥ ਦੇ ਤਾਂ ਹੀ ਆ ਜੇ ਹੁਣ ਤੁਸੀਂ ਵੀ ਕਹੋਗੇ ਵੀ ਛੱਡ ਕੇ ਜਾਣਾ ਫਿਰ ਨਹੀਂ ਅਸੀਂ ਰੱਖਣਾ ਤਾਂ ਹੀ ਬੈਠੇ ਹੀ ਰਹਿਣਗੇ ਜੀ ਹਾਂ ਬਸ ਤੁਹਾਨੂੰ ਕੋਲੇ ਰਹਿਣਾ ਪੈਣਾ ਇਹਦੇ ਅਤੇ ਕੋਈ ਗੱਲ ਨਹੀਂ ਇਲਾਜ ਅਸੀਂ ਉਹਨੂੰ ਇੱਥੋਂ ਕੱਢਣ ਲੱਗੇ ਐਸੇ ਇਲਾਜ ਵਿਚਾਰੇ ਨੂੰ ਥੋੜ੍ਹੀ ਕੱਢਾਂਗੇ ਵੀ ਨਹੀਂ ਲੈ ਜਾਓ ਪਰ ਜੇ ਬੰਦਿਆਂ ਵਾਲੀ ਗੱਲ ਆ ਤਾਂ ਹੁਣ ਤੈਨੂੰ ਰਾ ਇੱਥੇ ਨਾਲ ਰਹਿਣਾ ਪੈਣਾ ਠੀਕ ਆ ਰਹੇਗਾ ਨਾ ਹਾਂ ਬਸ ਐਂਟਰੀ ਪੈ ਗਈ ਵੀਰੇ ਠੀਕ ਹੈ ਕਰਾਓ ਇਹਨਾਂ ਨੇ ਲਿਖਾ ਲਿਓ ਨਾਲ ਵੀ ਇਹਨਾਂ ਨੇ ਪਹਿਲਾਂ ਕਹਿਤਾ ਸੀ ਹੁਣ ਸਾਨੂੰ ਬਾਅਦ 'ਚ ਪਤਾ ਲੱਗ ਗਿਆ ਹਾਂ ਉੱਥੇ ਐਂਟਰੀ ਹਾਂ ਨਹੀਂ ਚਲੋ ਹੁਣ ਐਂਟਰੀ 'ਚ ਲਿਖ ਦੇ ਪੁੱਤੇ ਗੱਲ ਲਿਖ ਕੇ ਸੈਂਡ ਕਰਾ ਲਾ ਠੀਕ ਹੈ ਬਾਪੂ